अस्सलाम वालेकुम जी, मैं हाँ तोड़ा अपना होस्ट बाबा जी, और तुसी देख रहे हो प्रोग्राम खोरे सच संताली दे। खोरे सच संताली दे लैके मैं पहुंच गया वहां यूएसए भी। इत्थे भी लोगों दी बहुत दर्दनाक कहानियां ने, बहुत जिन्हां नूं अपनी मिट्टी नाल विछोड़िया गया, उन्हां नूं विछोड़ा दिता गया, उन्हां लोगों नूं अज भी अपनी मिट्टी जिहड़ी है उह याद आउंदी है और अपनी मिट्टी नूं याद करदे ने और कहिंदे ने असीं इक वारी जरूर जाणा है। ਜਿਹਨੂੰ ਵੀ ਪੁੱਛ ਲਓ ਉਹ ਕਹਿੰਦੇ ਨੇ ਇੱਕ ਵਾਰੀ ਜ਼ਰੂਰ ਜਾਣਾ। ਮੈਂ ਕਹਾਂ ਜੀ ਰੱਬ ਕਰੇ ਐਸਾ ਕੁਛ ਬਣ ਜਾਵੇ ਇਹ ਸਭ ਲੋਕ ਬਾਰ ਬਾਰ ਆ ਜਾ ਸਕਣ ਔਰ ਆਪਣੀ ਆਪਣੀ ਧਰਤੀ ਨੂੰ ਜਿਹੜਾ ਜਾ ਕੇ ਮੈਂ ਦੇਖਿਆ ਕਿ ਕਿਸੇ ਹੋਰ ਕੌਮ ਬਾਰੇ ਤਾਂ ਮੈਂ ਇੰਨਾ ਨਹੀਂ ਜਾਣਦਾ, ਲੇਕਿਨ ਸਿੱਖ ਕੌਮ ਨੂੰ ਮੈਂ ਦੇਖਿਆ ਕਿ ਆਪਣਾ ਘਰ ਬੂਆ ਜਦੋਂ ਵੀ ਚੌਖੜ 'ਤੇ ਬੰਦਾ ਪਹੁੰਚਦਾ ਤਾਂ ਸਭ ਤੋਂ ਪਹਿਲੇ ਉਸ ਨੂੰ ਚੁੰਮ ਲੈਂਦਾ, ਚੁੰਮਣ ਤੋਂ ਬਾਅਦ ਹੀ ਅਗਲੀ ਕੋਈ ਗੱਲ ਕਰਦਾ। ਜੀ ਭਾਈ ਸਾਹਿਬ ਮੇਰੇ ਨਾਲ ਬੈਠੇ ਨੇ, ਇਹਨਾਂ ਨਾਲ ਗੱਲ ਕਰਨੇ ਆ। ਤੁਹਾਡਾ ਨਾਮ ਜੀ? ਪ੍ਰਕਾਸ਼ ਸਿੰਘ ਜੀ। ਮਾਤਾ ਜੀ ਤੁਹਾਡਾ ਨਾਮ ਜੀ? ਜਸਵਿੰਦਰ ਕੌਰ। ਅੱਛਾ ਵੀਰ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਪੁਰਖ ਜਿਹੜੇ ਸਨ ਉਹ ਕਿਹੜੀ ਜਗ੍ਹਾ ਦੇ ਸਨ ਔਰ ਉਹਨਾਂ ਦੇ ਮੁਤਲਕ ਤੁਸੀਂ ਦੱਸੋ ਕਿ ਵੀ ਜਦੋਂ ਵੰਡ ਪਈ ਹੈ ਉਹ ਕਿੱਥੋਂ ਮੂਵ ਹੋ ਕੇ ਫਿਰ ਕਿੱਥੇ ਗਏ? ਮੇਰੇ ਪਿਤਾ ਜੀ, ਮੇਰੇ ਦਾਦਾ ਜੀ ਪਿੰਡ ਨਾਨਕਪੁਰ ਤਹਿਸੀਲ ਕਬੀਰ ਖਾਨੇਵਾਲ। ਅੱਛਾ ਜੀ, ਖਾਨੇਵਾਲ। ਠੀਕ ਠੀਕ। ਡਿਸਟ੍ਰਿਕਟ ਮੁਲਤਾਨ ਦੇ ਰਹਿਣ ਵਾਲੇ ਸੀ। ਵਾਹ ਜੀ ਵਾਹ, ਮੁਲਤਾਨੀ ਹੈ। ਗੁੱਡ। ਭਲਵਾਨ, ਮੁਲਤਾਨ ਦੇ ਭਲਵਾਨ ਕਹਿੰਦੇ ਹੈ ਨਾ? ਸਾਡੀ ਕਾਸਟ ਨੈਣ ਸੀ। ਨੈਣ? ਠੀਕ ਹੈ। ਪਰ ਅਸੀਂ ਹੁਣ ਆਪਣੇ ਆਪ ਨੂੰ ਤੂਰ ਕਹਿੰਦੇ ਜੀ। ਤੂਰ? ਤੂਰ ਜੀ, ਬਿਲਕੁਲ ਤੂਰ ਸਾਡੇ ਬਹੁਤ ਨੇ ਜੀ। ਤੂਰ ਉੱਥੇ ਬਹੁਤ ਜ਼ਿਆਦਾ ਤੂਰ ਨੇ ਲੋਕ। ਅਤੇ ਮੈਂ ਕੀ ਦੱਸਦੇ ਸਨ ਬਜ਼ੁਰਗ ਕਿ ਵੀ ਕਿੰਨੀ ਕੁ ਜ਼ਮੀਨ ਸੀ ਪਿੰਡ ਦੇ ਵਿੱਚ, ਘਰ ਕਿੱਥੇ ਕਰਕੇ ਸੀ? ਪਿੰਡ ਵਿੱਚ ਘਰ ਤਾਂ ਪਿੰਡ ਦੇ ਸੈਂਟਰ ਵਿੱਚ ਸੀ ਜੀ ਜੀ, ਤੇ ਉਹ ਘਰ ਦੇ ਨਾਲ ਤਖਾਨਾ ਦਾ ਘਰ ਸੀ, ਤੇ ਖੇਤ ਜਿਹੜਾ ਸੀ ਉਹ ਪਿੰਡ ਦੇ ਪੱਛਮ ਵੱਲ ਸੀ, ਉਹਦੇ ਨਾਲੋਂ ਇੱਕ ਬਹੁਤ ਵੱਡਾ ਪਾਣੀ ਦਾ ਖਾਲਾ ਲੰਘਦਾ ਸੀ ਜੀ ਜੀ। ਪਿੰਡ ਦੇ ਇੱਕ ਸਾਈਡ ਤੋਂ ਰੇਲਵੇ ਲਾਈਨ ਸੀ ਤੇ ਦੂਜੀ ਸਾਈਡ ਤੋਂ ਵੀ, ਮਤਲਬ ਦੋਨੋਂ ਲਾਈਨਾਂ ਦੇ ਵਿਚਕਾਰ ਸੀਗਾ ਪਿੰਡ। ਤੇ ਇੱਕ ਨਾਲ ਰਜਵਾਇਆ ਜਾਂ ਸੂਆ ਕਹਿੰਦੇ ਹੁੰਦੇ ਸੀ, ਉਹ ਵੀ ਪਿੰਡ ਦੇ ਨਾਲੋਂ ਜਾਂਦਾ ਸੀ। That's great ਜੀ। ਜ਼ਮੀਨ ਪਿੰਡ ਦੇ ਪੱਛਮ ਵੱਲੋਂ ਨਾਲੋਂ ਹੀ ਸ਼ੁਰੂ, ਖਾਲੇ ਦੇ ਨਾਲੋਂ ਹੀ ਸ਼ੁਰੂ ਹੋ ਜਾਂਦੀ ਸੀ। 75 ਕਿੱਲੇ ਪੈਲੀ ਸੀਗੀ। ਜ਼ਬਰਦਸਤ ਜੀ, 75 ਏਕੜਸ। ਤੇ ਜਦੋਂ ਅਸੀਂ ਇਹ ਪਾਰਟੀਸ਼ਨ ਹੋਈ ਹੈ, ਹੌਲੀ ਹੌਲੀ ਜਦੋਂ ਰੌਲਾ ਜ਼ਿਆਦਾ ਵਧਿਆ ਦੱਸਦੇ ਹੈ, ਤਾਂ ਮੈਂ ਉਸ ਵੇਲੇ 7-8 ਮਹੀਨੇ ਦਾ ਸੀ। ਅਤੇ ਅਸੀਂ ਪਿੰਡ ਦੇ ਵਿੱਚ ਕਾਫੀ ਬੰਦੇ ਇਕੱਠੇ ਹੋ ਗਏ, ਅਤੇ ਉੱਥੋਂ ਇੱਕ ਕਾਫਲਾ ਬਣ ਕੇ ਦੱਸਦੇ ਹੈ ਵੀ ਇੱਧਰ ਖਾਨੇਵਾਲ ਵੱਲ ਨੂੰ। ਹਾਂਜੀ, ਰੇਲਵੇ ਸਟੇਸ਼ਨ ਵੱਡਾ ਉਹੀ ਸੀ, ਉੱਧਰ ਨੂੰ ਤੁਰ ਪਿਆ ਜੀ। ਅਤੇ ਰਾਹ ਦੇ ਵਿੱਚ ਬੜੀਆਂ ਔਕੜਾਂ ਆਈਆਂ ਦੱਸਦੇ ਨੇ, ਦੱਸਦੇ ਸੀ ਜੀ। ਮਤਲਬ ਕਿ ਕੀ ਦੱਸਦੇ ਨੇ ਕਿ ਵੀ ਤੁਹਾਡੇ 'ਚੋਂ ਜਿੰਨੇ ਲੋਕ ਉੱਥੋਂ ਤੁਰੇ ਸੀ, ਕੀ ਉਹ ਟ੍ਰੇਨ ਦੇ ਵਿੱਚ ਈਸਟ ਪੰਜਾਬ ਸਾਰੇ ਦੇ ਸਾਰੇ ਪੂਰੇ ਪਹੁੰਚੇ? ਕੁਝ ਰਹਿ ਗਏ ਸੀ ਪਿੱਛੇ, ਕੁਝ ਲੜਾਈ ਝਗੜਿਆਂ ਦੇ ਵਿੱਚ ਮਾਰੇ ਗਏ ਸੀ ਦੱਸਦੇ ਨੇ। ਕਿੰਨੀ ਤਾਦਾਦ ਦੱਸਦੇ ਨੇ ਕਿ ਵੀ ਜਿਹੜੀ ਗੱਡੀ ਸੀ, ਕੋਈ 3-4 ਪਿੰਡਾਂ ਦਾ ਇਕੱਠਾ ਹੋ ਕੇ ਸਾਡੇ ਪਿੰਡੋਂ ਇੱਕ ਕਾਫਲਾ ਬਣ ਕੇ ਤੁਰਿਆ ਸੀ ਜਿਹੜਾ? ਮੇਰੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਉਧਰੋਂ ਲੋਕ ਆਏ ਨੇ ਜਾਂ ਜਿਹੜੇ ਲੋਕ ਇਧਰੋਂ ਗਏ ਸੀ ਉਹਨਾਂ ਦੇ ਵਿੱਚੋਂ ਕਿੰਨੀ ਵੱਡ ਟੁੱਕ ਹੋਈ ਹੈ, ਕਿੰਨੇ ਲੋਕ ਨਜਾਇਜ਼ ਜਿਹੜੇ ਸੀ ਉਸ ਵੇਲੇ ਸ਼ਹੀਦ ਹੋ ਗਏ। ਲੇਕਿਨ ਜਿਹਦੇ ਕੋਲੋਂ ਵੀ ਪੁੱਛਿਆ ਮੈਨੂੰ ਇਹੀ ਪਤਾ ਲੱਗਾ, ਉਧਰੋਂ ਜਿਹੜੇ ਆਏ ਨੇ ਉਹਨਾਂ ਨੇ ਵੀ ਕਿਹਾ ਅਸੀਂ ਸੁਣਿਆ ਪਰ ਅੱਖੀਂ ਨਹੀਂ ਦੇਖਿਆ। ਜਿਹੜੇ ਲੋਕ ਇੱਧਰੋਂ ਉੱਧਰ ਗਏ ਨੇ ਉਹਨਾਂ ਕੋਲ ਵੀ ਰਾਈਟ ਕਾਊਂਟਿੰਗ ਨਹੀਂ ਹੈਗੀ, ਤਾਂ ਇਹਦਾ ਮਤਲਬ ਗੱਲ ਜਿਹੜੀ ਹੈ ਕੁਛ ਥੋੜ੍ਹੀ ਜਿੰਨੀ ਸਮਝ ਇਹਦੇ 'ਚ ਆਉਂਦੀ ਹੈ ਕਿ ਸੁਣੀਆਂ ਸੁਣਾਈਆਂ ਗੱਲਾਂ ਨੇ ਅੱਜ ਤੱਕ ਜਿਹੜਾ ਸਾਡਾ ਬੇੜਾ ਗਰਕ ਕੀਤਾ ਪੰਜਾਬੀਆਂ ਦਾ। ਅਸੀਂ ਲੋਕ ਸਿਰਫ਼ ਔਰ ਸਿਰਫ਼ ਸੁਣੀ ਸੁਣਾਈ ਗੱਲਾਂ ਦੇ ਉੱਤੇ ਬਹੁਤ ਜ਼ਿਆਦਾ ਅਮਲ ਕਰਨ ਲੱਗ ਪਏ ਹਾਂ। ਪਲੀਜ਼, ਮੇਰੀ ਰਿਕੁਐਸਟ ਹੈ ਸਭ ਤੋਂ ਕਿ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਨੇ ਅੱਗੇ ਪਹੁੰਚਦੀਆਂ ਨੇ ਅਤੇ ਦਰਾੜਾਂ ਬਣਦੀਆਂ ਨੇ ਅਤੇ ਦਰਾੜਾਂ ਪਾੜ ਪਾਉਂਦੀਆਂ ਨੇ, ਪਾੜ ਪਾ ਕੇ ਅਤੇ ਮਿੱਟੀ ਦੇ ਘਰ ਜਿਹੜੇ ਨੇ ਉਹ ਦੋ ਟੋਟੇ ਹੋ ਜਾਂਦੇ ਨੇ ਆਹਿਸਤਾ ਆਹਿਸਤਾ। ਐਨੀਵੇ, ਅੱਛਾ ਫਿਰ ਕਿੱਥੇ ਦੱਸਦੇ ਨੇ ਜੀ ਖਾਨੇਵਾਲ ਤੋਂ, ਕਿਉਂਕਿ ਮੇਨ ਤਾਂ ਲਾਹੌਰ ਹੀ ਅਟਾਈ ਸੀਗੀ ਟ੍ਰੇਨ, ਫਿਰ ਉਸ ਤੋਂ ਬਾਅਦ ਅੱਗੇ ਵਾਗਾ ਮਤਲਬ ਕਿ ਕ੍ਰੋਸ ਕੀਤਾ ਤਾਂ ਨਹੀਂ ਇਹਨਾਂ ਦੱਸਿਆ ਵੀ ਕਿਹੜੇ ਸਟੇਸ਼ਨ ਤੋਂ ਰੇਲਵੇ ਪਕੜੀ ਸੀ, ਪਰ ਰੇਲਵੇ 'ਚ ਆ ਕੇ ਕਾਫੀ ਟਾਈਮ ਲੱਗਾ। ਰਾਹ ਦੇ ਵਿੱਚ ਕਈ ਵਾਰ ਰੇਲਵੇ ਨੂੰ ਰੋਕਿਆ ਗਿਆ ਜੀ, ਅਤੇ ਕਈ ਵਾਰ ਉੱਥੇ ਲੋਕਾਂ ਨੂੰ ਮਾਰਨ ਲਈ ਦੌੜੇ
ਪਰ ਫਿਰ ਮਿਲਟਰੀ ਦੇ ਕਰਕੇ ਥੋੜ੍ਹਾ ਜਿਹਾ ਬਚਾਅ ਹੁੰਦਾ ਰਿਹਾ ਜੀ। ਕਿੱਥੇ ਸ਼ਿਕਾਇਤ ਕੀਤੀ ਜਾਂਦੀ ਬਹੁਤ ਲੋਕਾਂ ਦੀ ਕਿ ਮਿਲਟਰੀ ਨੇ ਸਾਰਾ ਕੁਝ, ਦੇਖੋ ਇਹ ਇੱਕ ਹੋਰ ਐਵੀਡੈਂਸ ਆ ਗਿਆ ਕਿ ਉਸ ਵੇਲੇ ਮਿਲਟਰੀ ਨੇ ਕਾਫੀ ਕੰਟਰੋਲ ਕੀਤਾ, ਵਰਨਾ ਸ਼ਾਇਦ ਜ਼ਿਆਦਾ ਬਲੱਡਸ਼ੈਡ ਹੁੰਦਾ। ਅਤੇ ਤੁਸੀਂ ਕੀ ਕਹਿੰਦੇ ਹੋ ਕਿ ਕਦੀ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਆਪਣੀ ਜਨਮ ਭੂਮੀ 'ਤੇ ਜਾਣਾ ਚਾਹੋਗੇ? ਮੈਂ ਜਾਣਾ ਜ਼ਰੂਰ ਚਾਹਾਂਗਾ। ਮੇਰਾ 2002 ਦੇ ਵਿੱਚ ਪਾਕਿਸਤਾਨ ਦਾ ਵੀਜ਼ਾ ਲੱਗਿਆ ਸੀਗਾ ਜੀ, ਅਤੇ ਮੇਰੇ ਨਾਲ 35 ਸਾਥੀ ਹੋਰ ਸੀਗੇ ਜਿਨ੍ਹਾਂ ਦਾ ਵੀਜ਼ਾ ਲੱਗਾ ਸੀ। ਉਸ ਵੇਲੇ ਇੱਧਰ ਜਿਹੜਾ ਅਟੈਕ ਹੋਇਆ ਸੀਗਾ ਇਹਦਾ ਕਾਰਗਿਲ ਵਾਲਾ, ਹਾਂਜੀ ਹਾਂ ਜੀ, ਬਸ ਬਹੁਤ ਜ਼ਿਆਦਾ ਸਾਰੇ ਹਕੂਮਤਾਂ ਦੀਆਂ ਸਿਆਸਤਾਂ ਪੋਲੀਸੀਆਂ ਆਪਸ ਦੇ ਵਿੱਚ ਐਸੀਆਂ ਹੈ ਨੇ, ਅਸੀਂ ਮਤਲਬ ਕਿ ਉਹਨਾਂ ਨੂੰ ਡਿਸਕਸ ਨਹੀਂ ਕਰਦੇ ਅਤੇ ਆਪਾਂ। ਅੱਛਾ, ਤੁਸੀਂ ਫਿਰ ਨਹੀਂ ਆ ਸਕੇ ਉਹਦੇ ਕਰਕੇ? ਮੇਰੇ ਸਾਰੇ ਸਾਥੀ ਜਵਾਬ ਦੇ ਗਏ ਅਤੇ ਮੈਂ ਫਿਰ ਇਕੱਲਾ ਰਹਿ ਗਿਆ, ਮੈਂ ਨਹੀਂ ਆ ਸਕਿਆ। ਓ ਅਤੇ ਅੱਛਾ, ਤੁਸੀਂ ਹੁਣ ਵੀ ਮੈਂ ਜਦੋਂ ਜਾਂਦਾ ਇੰਡੀਆ ਉਦੋਂ ਉੱਥੇ ਮੈਂ ਆਪਣਾ ਕੋਈ ਨਾ ਕੋਈ ਇਹੋ ਜਿਹਾ ਸੋਰਸ ਬਣਾਉਂਦਾ ਰਹਿੰਦਾ ਵੀ ਇੱਕ ਵਾਰ ਤਾਂ ਮੈਂ ਆਪਣਾ ਪਿੰਡ ਜ਼ਰੂਰ ਦੇਖ ਕੇ ਆਉਣਾ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ? ਹਾਂਜੀ। ਤੁਹਾਡੇ ਲਈ ਤਾਂ ਫਿਰ ਕੋਈ ਮੁਸ਼ਕਿਲ ਨਹੀਂ ਹੈ, ਤੁਸੀਂ ਜਿਸ ਵੇਲੇ ਵੀ, ਹੁਣ ਮੌਸਮ ਬਹੁਤ ਪਿਆਰਾ ਇਹਨਾਂ ਦਿਨਾਂ ਦੇ ਵਿੱਚ, ਬਹੁਤ ਅੱਛਾ ਮੌਸਮ ਹੈ, ਮਾਰਚ ਦਾ ਮਹੀਨਾ ਬਹੁਤ ਚੰਗਾ ਹੁੰਦਾ ਉਸ ਇਲਾਕੇ ਲਈ, ਫਰਵਰੀ ਬਹੁਤ ਅੱਛੀ ਹੈ, ਸਿਰਫ ਦਸੰਬਰ ਜਨਵਰੀ ਥੋੜ੍ਹਾ ਜਿਹਾ ਇਸ਼ੂ ਹੁੰਦਾ, ਧੁੰਦਾ ਸ਼ੁੰਦਾ, ਸਰਦੀਆਂ ਜ਼ਿਆਦਾ ਪੈਂਦੀਆਂ ਨੇ। ਅਤੇ ਜਿਸ ਵੇਲੇ ਤੁਹਾਡਾ ਮੌਕਾ ਬਣੇ ਤੁਸੀਂ ਮੈਨੂੰ ਪੂਰੀ ਡਿਟੇਲ ਦੇ ਕੇ, ਪਹਿਲੇ ਤਾਂ ਮੈਂ ਤੁਹਾਡਾ ਪਿੰਡ ਖੋਜ ਕੇ ਰੱਖਾਂਗਾ, ਫਿਰ ਉਸ ਤੋਂ ਬਾਅਦ ਤੁਸੀਂ ਆਉਣਾ ਔਰ ਮੈਂ ਤੁਹਾਨੂੰ ਨਾਲ ਲੈ ਕੇ ਤੁਹਾਡੇ ਤੁਹਾਡੇ ਪਿੰਡ ਜਾਵਾਂਗਾ। ਔਰ ਮੈਂ ਫਿਰ ਇੱਕ ਵਾਰੀ ਮੈਂ ਕਹਾਂਗਾ ਕਿ ਮੈਨੂੰ ਇਹ ਮੌਕਾ ਮਿਲੇਗਾ ਕਿ ਮੈਂ ਕਿਸੇ ਨੂੰ ਕਿਸੇ ਦੀ ਆਪਣੀ ਧਰਤੀ ਮਾਂ ਦੇ ਨਾਲ ਮਿਲਾਵਾਂਗਾ, ਅਤੇ ਸ਼ਾਇਦ ਮੇਰੇ ਆਪਣੇ ਜਿਹੜੇ ਅੰਦਰ ਦੇ ਦੁੱਖ ਨੇ ਜਿਨ੍ਹਾਂ ਨੂੰ ਘੱਟ ਕਰਨ ਵਾਸਤੇ ਮੈਂ ਹਰ ਵਕਤ ਲੱਗਾ ਰਹਿੰਦਾ ਵਾਂ, ਔਰ ਲੋਕਾਂ ਦੇ ਦੁੱਖਾਂ ਨੂੰ ਮੈਂ ਫਰੋਲਦਾ ਰਹਿੰਦਾ ਵਾਂ। ਕਹਿੰਦੇ ਨੇ ਕਿ ਫੋਲ ਫੋਲ ਦੁੱਖ ਮੈਂ ਦੁਨੀਆਂ ਦੇ ਦੇਖੇ, ਫੋਲ ਫੋਲ ਮੈਂ ਦੁਨੀਆਂ ਦੇ ਦੁੱਖ ਦੇਖੇ, ਅਤੇ ਮੈਂ ਆਪਣੇ ਵੱਲ ਝਾਤੀ ਮਾਰਾਂ ਅਤੇ ਮੈਨੂੰ ਆਪਣੇ ਘੱਟ ਹੀ ਦਿਸੇ। ਮੈਂ ਕਹਾਂਗਾ ਕਿ ਮੇਰੇ ਕੋਲ ਅਲਫਾਜ਼ ਨਹੀਂ ਹੈ ਕਿ ਮੈਂ ਕੀ ਕਹਾਂ, ਲੇਕਿਨ ਇਹ ਵੇ ਕਿ ਮੈਨੂੰ ਮੇਰਾ ਵੰਡਿਆ ਗਿਆ ਪੰਜਾਬ, ਮੇਰਾ ਉਜੜਿਆ ਪੰਜਾਬ, ਕਿਸੇ ਦਾ ਕੁਝ ਨਹੀਂ ਗਿਆ, ਗਿਆ ਤਾਂ ਸਭ ਕੁਝ ਪੰਜਾਬੀਆਂ ਦਾ ਗਿਆ ਦੋਵਾਂ ਪਾਸੇ। ਅਤੇ ਤੁਸੀਂ ਕੋਈ ਆਖਰੀ ਗੱਲ ਕੋਈ ਕਹਿਣਾ ਚਾਹੋ ਜਿਹੜੇ ਲੋਕ ਮਤਲਬ ਕਿ ਇੱਥੋਂ ਗਏ ਨੇ ਪਾਕਿਸਤਾਨ ਦੀ ਧਰਤੀ ਤੋਂ, ਉਹ ਲੋਕ ਜਾ ਕੇ ਕੀ ਮਹਿਸੂਸ ਕਰਦੇ ਨੇ ਆਪਣੀ ਜ਼ਮੀਨ ਦੇ ਮੁਤਲਕ, ਆਪਣੀ ਧਰਤੀ ਦੇ ਮੁਤਲਕ, ਜਿਹੜਾ ਉਹਨਾਂ ਦੇ ਕੀ ਵਿਚਾਰ ਨੇ? ਜਿੱਦਾਂ ਦਾ ਸਾਡਾ ਵਿਚਾਰ ਹੈ ਜਾਂ ਸਾਨੂੰ ਆਪਣੀ ਧਰਤੀ ਨਾਲ ਪਿੱਛੇ ਪਿਆਰ ਹੈ, ਮੈਨੂੰ ਲੱਗਦਾ ਉਹਨਾਂ ਨੂੰ ਵੀ ਇੱਧਰ ਇੰਡੀਆ ਦੀ ਧਰਤੀ ਨਾਲ, ਜਿੱਥੋਂ ਜਿਹੜੇ ਪਿੰਡਾਂ 'ਚੋਂ ਗਏ ਨੇ ਉਹਨਾਂ ਨੂੰ ਪਿਆਰ ਹੋਵੇਗਾ, ਉਹ ਇਹਨੂੰ ਆਉਣਾ ਚਾਹੁੰਦੇ ਹੋਣਗੇ ਵੇਖਣ ਲਈ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਇੰਨੀਆਂ ਜੇ ਵੀ ਸਾਨੂੰ ਇੱਧਰ ਉੱਧਰ ਜਾਣ ਦੀ ਛੇਤੀ ਇਜਾਜ਼ਤ ਨਹੀਂ ਦਿੰਦੀਆਂ ਕਿ ਅਸੀਂ ਆਪਣੇ ਪਿਛੋਕੜ ਨੂੰ ਜਾ ਕੇ। ਮੇਰੇ ਰੱਬਾ ਤੂੰ ਮਿਹਰ ਕਰ ਆਪਣੀ, ਤਾਂ ਪੰਜਾਬੀਆਂ ਦੀ ਜਿਹੜੀ ਹੈ ਸਾਂਝ ਹੈ ਬਣੀ ਰਹੇ, ਔਰ ਇਨਸ਼ਾਅੱਲਾ ਜੀ ਜੇ ਤੁਸੀਂ ਤੁਹਾਡਾ ਹੋਇਆ ਇਰਾਦਾ ਤਾਂ ਤੁਹਾਨੂੰ ਤੁਹਾਡਾ ਪਿੰਡ ਜ਼ਰੂਰ ਦਿਖਾਵਾਂਗੇ, ਔਰ ਤੁਹਾਡੀ ਇਹ ਖੁਆਇਸ਼ ਜਿਹੜੀ ਹੈ ਜ਼ਰੂਰ ਪੂਰੀ ਕਰਾਂਗੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖੋਰੇ ਸੱਚ ਸੰਤਾਲੀ ਦੇ।